चलो चलो बैठे आप जोड़ा पप्पू जो पहले जोगा मंगा कर लेता मोटू जो टेंपल काम भी कर लिया भैन जी ने दिता सी आप कहना भैन जी सादियां कापियां घर रह गईं हां जो सोनू सोनू के बैठा करते तू मेरे दोस्तों के तत्ता कहंदिया तुसी तत्ता या मैं तत्ता या मेरी सहेली ना लड़ा मुक्का मारो किदा जमीन नाल मोरे आके बह गया तेनू कुछ पाना आउंदा नहीं तेनू कुछ आउंदा मुक्का मारू मैं चपेड़ मारी सी शायद क्यों किया इधर मुंह नहीं करना ही नाला ओदा कुछ है नहीं ना नु पेंसिल है ही अज ओ भैन दी आ गए लास्ट टाइम जय हिंद गुड मॉर्निंग मैम गुड मॉर्निंग मैम ओ सुना नहीं चुप करो हाजरी बोलो की तालिया दादी बत दी दंदी रोल नंबर 1 हाजर जी रोल नंबर 2 हाजर बहन जी रोल नंबर 3 मैडम जी हाजर है रोल नंबर 4 हाजर जी रोल नंबर 5 हाजर जी रोल नंबर 6 अत ते आजा बोलते दा प्या कर ए तू मार दे कि पे मैडम जी रोटी खाई जांदा परमिंदर इधर आ जरा तू कल नहीं आया बोलो भैन दी मेरा तत्था मेरा डैडी पा गया आज किदा आ गया फिर भैन दी आज मेरा डैडी दुती देती चल बह जा उठे पता नहीं की बोली जांदा है दुखी दुखी इसको एक छोपा के कने गंदे जे कुछ नहीं हो डेट भी उदा नहीं गल्लां करदे ਤੇ ਕੀ ਆ ਅਗਲਾ ਗਰੀਬ ਆ ਤੂੰ ਦੇ ਦੇ ਨਹੀਂ ਲੈ ਹੁੰਦਾ ਤੂੰ ਤੂੰ ਦੇ ਦੇ ਲੈ ਦੂੰ ਤੂੰ ਬੜੇ ਹੁੰਦੀਆਂ ਬੁਝਾਉਂਦੀਆਂ ਮੈਂ ਹਾਏ ਸਾਰੇ ਸੰਗੀਆਂ ਹੁਣ ਮਾੜੀ ਨੀਤ ਜਾ ਮਾੜੀ ਨੀਤ ਜਾ ਤੇ ਕੀ ਸਵਾਦ ਹੀ ਹੁੰਦਾ ਦੇ ਦਿਆ ਕਰੋ ਜਿੱਦਾਂ ਆਪਣੀ ਮੰਮੀ ਨੂੰ ਕਹਤਾ ਲੈ ਦਿੰਦੇ ਹੋ ਹਾਂ ਅਲੇ ਇੱਕਾ ਜੇ ਲੈ ਆ ਜਾ ਦੇ ਲੈ ਆਦੇ ਲੋਤੀ ਤਾਨੇ ਆ ਪਰ ਲੋਤੀ ਸਾਡੇ ਕੋ ਰੋਟੀ ਹੈਗੀ ਆ ਭੁੱਖੇ ਜੇ ਤਾਦੀਆਂ ਟੋਟੀਆਂ ਹੀ ਨਹੀਂ ਮੁੱਕਦੀਆਂ ਚੁੱਪ ਕਰਾਂ ਦੀਪੂ ਹਾਂਜੀ ਮੈਡਮ ਜੀ ਜਿਹੜੇ ਕੱਲ ਪਾਣੇ ਦੇ ਸੀ ਕੀਤੇ ਚਿੱਤੇ ਹਾਂਜੀ ਹਾਂਜੀ ਮੈਂ ਕੀਤੇ ਆ ਚੱਲ ਆ ਜਾ ਉੱਠ ਕੇ ਇੱਧਰ 2 ਮਿੰਟ ਦੇਖ ਲੈਂ ਦੋ ਲੁਕਾ ਹੀ ਦੇ ਕੋਈ ਗੰਦੀ ਜੀ ਹੋਣਾ ਤੂੰ ਚੁੱਪ ਕਰ ਆ ਗਿਆ ਮੈਡਮ ਜੀ ਮੁੰਡਾ ਹੈ ਨੂੰ ਆਉਂਦੀ ਨਹੀਂ ਆਉਂਦੀ ਨਹੀਂ ਕਿ ਤੇਰੇ ਸਾਹਮਣੇ ਬੋਲਣਾ ਹਾਂ ਸਿਰਾ ਉੱਚੀ ਉੱਚੀ ਬੋਲ ਦੀਪੂ ਖੰਭਿਆਂ ਕੋ ਸਿੱਧਾ ਖੜਾ ਹੋ ਖੰਭਾ ਹੈ ਦਾਂ ਦਾ ਸਿੱਧਾ ਹਾਂਜੀ ਮੈਡਮ ਜੀ ਸਾਡੇ ਪਿੰਡ ਦਾ ਮੈਡਮ ਜੀ ਸਾਰੇ ਖੰਭੇ ਇਦਾਂ ਦੇ ਹੀ ਆ ਹਨੇਰੀ ਨਾ ਵਿਚਾਰੇ ਐ ਤਾਂ ਹੋਏ ਹੋ ਸਾਰੇ ਹੋ ਦੀਪੂ ਚੱਲ ਬਹਿ ਜਾ ਉੱਥੇ चल पंजे दा भाड़ा सुना ठीक है मैडम जी एक पंजे पंजा दो पंजे दस तीन पंजे पंद्रह चार पंजे भी पंजू पंजे पच्ची चल ते नौ दा बैठ जा उत्थे जा मैडम जी बाथरूम जाइए जी कशिश जय खड़े हो जाओ तुसी तुहानू ना हुण पूरी छुट्टी हो गई आ तुसी घर नूं चल जाओ तुसी ना कल नूं
ਨਾਲੇ ਲੱਸੀ ਲੈ ਕੇ ਆਉਣੀ ਆ ਨਾਲੇ ਸਾਗ ਲੈ ਕੇ ਆਉਣਾ ਅੱਛਾ ਆਹੋ ਚੇਤਾ ਰੱਖਿਓ ਮੁੰਨ ਚੱਲੀ ਆਪਾਂ ਯਾਰ ਤੁਹਾਨੂੰ ਸ਼ਕਤੀਮਾਨ ਲੱਗਣ ਵਾਲਾ ਆਪਾਂ ਜਾ ਕੇ ਦੇਖਦੇ ਆ ਹੈ ਚਲੋ ਟੱਪ ਲਓ ਫੇ ਟੱਪ ਲਓ ਟੱਪ ਲਓ मैडम जी किथे भेजे थे मुंडे ਕਿੱਥੇ ਸੀਗੇ ਸਰ ਕੀ ਹੋਇਆ ਇਹ ਤਾਂ ਕੰਨ ਦੱਬਦੇ ਸੀਗੇ ਹਾਂ ਦੇਖਿਓ ਬਹੁਤ ਡਰ ਲੱਗੇ ਸੁਣੋ ਇਹ ਗਏ ਸੀ ਬੋਲਦਾ ਬਾਥਰੂਮ ਗਿਆ ਸੀ ਚਲੋ ਮੁਰਗੇ ਬਣੋ ਚਲੋ ਚਲੋ ਦੁਨੀਆ ਚਲੋ ਜੁੱਤੀਆਂ ਪਹਿਣੀਆਂ ਜਲਦੀ ਕਰੋ ਜਲਦੀ ਮੁਰਗੇ ਬਣੋ ਸਾਜੀ ਦਾ ਜੀ ਸਾਡੀ ਦਾ ਸਾਜੀ ਸਾਡੀ ਦਾ ਸਾਜੀ ਰਹਿਣ ਦਿਓ ਬਣੋ ਮੁਰਗਾ ਜਲਦੀ ਕਰੋ ਵਧੀਆ ਹੋਇਆ ਵਧੀਆ ਹੋਇਆ ਤਾਂ ਤੂੰ ਜੇ ਬਣਾਓ ਬਣਾਓ ਹਾਂ ਮੋਟੂ ਤੇ ਮੁਰਗਾ ਕਹਿ ਰਿਹਾ ਹਾਂ ਕੰਨ ਦੱਪੀਆਂ ਨਾ ਸਹੀ ਸਹੀ ਬਣੋ ਮੁਰਗਾ ਹੈ ਦੇ ਰੋ ਸਰ ਤੁਸੀਂ ਦੇਖੋ ਇਹਦਾ ਮਤਲਬ ਮੈਂ ਦੂਜੀ ਕਲਾਸ ਚ ਜਾਇਆ ਮੈਂ ਕੋਈ ਕੋਈ ਤੂੰ ਜਾ ਮੈਡਮ ਜੀ ਮੈਂ ਦੇਦਾ ਇਹਨਾਂ ਨੂੰ अज मुर्गियां बिठाने धरने की होया न्याणे बहुत हिलती है सरपंच साहब कंध टप दे फड़ लिया दस उन्होंने घरों में पढ़ने सरपंच साहब तो मापिया को चाहिए इन्होंने अकल देन थोड़ी ਪ੍ਰਿੰਸੀਪਲ ਸਾਹਿਬ ਮਾਪੇ ਤਾਂ ਬਥੇਰੀ ਅਕਲ ਦੇ ਕੇ ਭੇਜਦੇ ਆ ਮੈਨੂੰ ਤਾਂ ਲੱਗਦਾ ਕਿਉਂਕਿ ਮੇਰਾ ਮੁੰਡਾ ਵੀ ਇਸ ਸਕੂਲੇ ਪੜ੍ਹਦਾ ਆ ਅੱਛਾ ਸਾਰੀ ਅਕਲ ਦੇ ਕੇ ਭੇਜੀ ਆ ਉਹਨੇ ਪਰ ਹੁਣ ਨਿਆਣੇ ਕੀ ਕਰਦੇ ਸਕੂਲੇ ਮਾਪਿਆਂ ਨੂੰ ਥੋੜ੍ਹਾ ਪਤਾ ਇਹ ਤਾਂ ਹੈ ਇਹ ਨਹੀਂ ਮਾਪੇ ਤਾਂ ਪੈਸੇ ਦੇ ਕੇ ਸਕੂਲ 'ਚ ਐਡਮਿਸ਼ਨ ਕਰਾਏ ਦੇ ਆ ਹੁਣ ਕਿ ਨਿਆਣਿਆਂ 'ਚ ਥੋੜ੍ਹਾ ਫਰਜ਼ ਬਣਦਾ ਸਾਡਾ ਮੁੰਡਾ ਤਾਂ ਬਹੁਤ ਚੰਗਾ ਆ ਇੱਥੇ ਮੋਨੀਟਰ ਆ ਮੈਂ ਹਾਂਜੀ ਹਾਂਜੀ ਸਕੂਲੇ ਇੱਥੇ ਪੜ੍ਹਦਾ ਆ ਅੱਛਾ ਕਲਾਸ ਦਾ ਮੋਨੀਟਰ ਆ ਉਹ ਹਾਂਜੀ ਹਾਂਜੀ ਇਹ ਤਾਂ ਬਹੁਤ ਵਧੀਆ ਗੱਲ ਆ ਹੋਰ ਜੀ ਹੋਰ ਉਹਦੀ ਨਹੀਂ ਕਦੀ ਸ਼ਿਕਾਇਤ ਆਈ ਸਹੀ ਆ ਕੰਧ ਟੱਪਣੀ ਬਹੁਤ ਦੂਰ ਦੀ ਗੱਲ ਆ ਉਹ ਚਲੋ ਬਸ ਕਰੋ ਹੁਣ ਚਲੋ ਉੱਠੋ ਖੜੇ ਹੋ ਠਾ ਲਓ ਵਿਚਾਰਿਆਂ ਨੂੰ ਥੱਕ ਛੋਟੋ ਸਵਾਸ ਸਰ ਜੀ ਰਹਿਣ ਦੋ ਕੋਈ ਨਹੀਂ ਹਜੇ ਬਣਿਓ ਸਾਨੂੰ ਮੁਰਗੇ ਪੰਗਾ ਪੈ ਜਾਣਾ ਯਾਰ ਜੇ ਮੋਨੂੰ ਪਤਾ ਲੱਗ ਗਿਆ ਉਧਰ ਹੁਣ ਤਾਂ ਧਾਪੇ ਨੇ ਦੇਖ ਲੈਨੇ ਹੋਰ ਤੀ ਯਾਰ ਕਿੱਦਾਂ ਕਰੀਏ ਹੁਣ ਸਰ ਜੀ ਰਹਿਣ ਦੋ ਸਾਨੂੰ ਇਦਾਂ ਹੀ ਚਲੋ ਬਸ ਕਰੋ ਉੱਠੋ ਹੁਣ ਚਲੋ ਖੜੇ ਹੋ ਉੱਠ ਕੇ ਇੱਥੇ ਆਓ ਜਲਦੀ ਜਲਦੀ ਜੇ ਮੁੜ ਕੇ ਕੰਧ ਟੱਪੀ ਹੈ ਨਾ ਤੁਹਾਡੀਆਂ ਲੱਤਾਂ ਤੋੜ ਦੂੰ ਮੈਂ ਅੱਛਾ ਇੱਕ ਮਿੰਟ ਪ੍ਰਿੰਸੀਪਲ ਸਾਹਿਬ ਇੱਧਰ ਆ ਇੱਧਰ ਜਰਾ ਕੋਈ ਪ੍ਰਿੰਸੀਪਲ ਸਾਹਿਬ ਇਹ ਤਾਂ ਮੇਰਾ ਮੁੰਡਾ ਨਿਕਲਿਆ ਤੁਹਾਡਾ ਮੁੰਡਾ ਹੈ ਓ ਨੋ ਇਹੀ ਆ ਮੋਨੀਟਰ ਕਲਾਸ ਦਾ ਮੈਂ ਤਾਂ ਇਹਨੂੰ ਬਹੁਤ ਹੁਸ਼ਿਆਰ ਸਮਝਦਾ ਸੀਗਾ ਤੂੰ ਘਰ ਚੱਲ ਮਿੱਤਰਾ ਮਾਫ ਕਰ ਦਿਓ ਬਾਪੂ ਜੀ ਮੈਨੂੰ ਕੋਈ ਨਹੀਂ ਹੁਣ ਤੂੰ ਘਰ ਚੱਲ ਤੈਨੂੰ ਤਾਂ ਚੰਗੀ ਤਰ੍ਹਾਂ ਮੈਂ ਸੂਤ ਕਰੂੰ ਜਿਹੜਾ ਕੰਧਾ ਟੱਪਦਾ ਫਿਰਦਾ ਉਹਨਾਂ ਨੂੰ ਮੋੜ ਕੇ ਨਹੀਂ ਕਰਦਾ ਡੈਡੀ ਮਾਫ ਕਰ ਦਿਓ ਕੋਈ ਨਹੀਂ ਪ੍ਰਿੰਸੀਪਲ ਸਾਹਿਬ ਮੈਂ ਚੱਲਦਾ ਫਿਰ ਠੀਕ ਆ ਖਿਆਲ ਰੱਖਿਓ ਇਹਦਾ ਹੁਣ ਕੋਈ ਨਹੀਂ ਖਿਆਲ ਇਹਦਾ ਪੂਰਾ ਰੱਖੂੰਗਾ ਮੋੜ ਕੇ ਗਲਤੀ ਨਹੀਂ ਕਰਨੀ ਠੀਕ ਆ ਨਹੀਂ ਮੁੜ ਕੇ ਨਹੀਂ ਕਰਦਾ ਸਰ ਜੀ ਹਾਂ ਜਿਹੜਾ ਕੁੜੀਆਂ ਕਿੰਨੀਆਂ ਬੀਬੀਆਂ ਇੱਥੇ ਬੈਠੀਆਂ ਪੜ੍ਹਨ ਲੱਗੀਆਂ ਆ ਉਹ ਨਾ ਤੂੰ ਗਲਤ ਕਰਨੀ ਮੁੜ ਕੇ ਕਲਾਸ ਦੇ ਵਿੱਚ ਪ੍ਰਿੰਸੀਪਲ ਸਾਹਿਬ ਬਹੁਤ ਚੰਗੇ ਆ ਚਲੋ ਚਲੋ ਹੁਣ ਛੁੱਟੀ ਟਾਈਮ ਹੋ ਗਿਆ ਚਲੋ ਜਾਓ ਹੁਣ ਚੱਲ ਤੇਰੇ ਵਰਗੀ ਆਦਤ ਨੀ ਤੂੰ ਤਾਂ ਚੋਰੀ ਕਰ ਕਰ ਕੇ ਲੈ ਆਂਦਾ ਹੈ ਚੀਜ਼ਾਂ ਚੋਰੀ ਚੀਜ਼ਾਂ ਸਾਰਿਆਂ ਦੀਆਂ ਨਹੀਂ ਚੱਕਦਾ ਕੋਈ ਨਹੀਂ ਕੱਲ ਨੂੰ ਮਿਲਦਾ ਮੈਂ ਤੁਹਾਨੂੰ ਕੋਈ ਤੈਨੂੰ ਮੈਂ ਕੱਲ ਨੂੰ ਦੇਖੋ ਤੇਰਾ ਬੋਦਾ ਪੱਟੂ ਭਾਪੇ ਨੂੰ ਲੈ ਕੇ ਆਉਣਾ ਮੈਂ ਆਪਣੇ ਸਕੂਲੇ ਛੇਤੀ ਛੇਤੀ ਆ ਜਾ ਜਿਹੜਾ ਪੱਪੂ ਚੋ ਨਾ ਪਹਿਲੇ ਜਗ੍ਹਾ ਮੈਂ ਰੱਖ ਲੈਂਦਾ ਮੋਟੂ ਚੋ ਅੱਜ ਆਪਾਂ ਨੂੰ ਭੈਣ ਜੀ ਨੇ ਕੰਮ ਵੀ ਦਿੱਤਾ ਸੀ ਸਾਡੀ ਜਗ੍ਹਾ ਮੈਨੂੰ
ਰੋਟੀ ਦੇਖੀ ਜਾਂਦਾ ਇਹ ਰੋਟੀ ਦੇਖੀ ਜਾਂਦਾ ਮੈਂ ਮੈਡਮ ਰੋਲ ਨੰਬਰ ਇੱਕ ਹਾਜ਼ਰ ਜੀ ਦੋ ਹਾਜ਼ਰ ਜੀ ਤਿੰਨ ਹਾਜ਼ਰ ਮੈਡਮ ਜੀ ਮੈਂ ਤਾਂ ਇੱਦਾਂ ਹੋਣੀ ਆ ਇਹ ਦਿਖਾਉਂਦਾ ਰਹਿੰਦਾ ਆ ਕੱਛਾ ਵੀ ਹੋ ਲੈ ਲਾ ਇੱਕੋ ਹੀ ਕੁੱਛਾ ਪਾ ਕੇ ਤੁਰੇ ਫਿਰਦੇ ਰਹਿੰਦੇ ਕਿੰਨੇ ਗੰਦੇ ਜਿਹੇ ਫੇਤੀਆ ਦੇ ਲੀਕ ਬਲੀਵ ਮੈਂ ਤਾਂ ਦਬਾ ਹੋ ਗਿਆ ਦੀਪੂ ਖੰਭਿਆਂ ਕੋ ਸਿੱਧਾ ਖੜਾ ਹੋ ਹਾਂਜੀ ਮੈਡਮ ਜੀ ਹਾਂ ਕੀ ਖੰਭਾ ਚੱਲ ਸ਼ੁਰੂ ਕਰ ਪਹਾੜਾ ਇੱਕ ਦੂਣੀ ਦੂਣੀ ਦੋ ਦੂਣੀ ਚੱਲ ਪੰਜ ਦਾ ਪਹਾੜਾ ਸੁਣਾ ਠੀਕ ਹੈ ਮੈਡਮ ਜੀ ਇੱਕ ਪੰਜਾ ਪੰਜਾ ਦੋ ਪੰਜ ਦਸ ਤਿੰਨ ਮੁੰਨ ਯਾਰ ਦੋ ਨੰਬਰ ਜਾਣਾ ਚਲੀਏ ਪੁੱਛ ਪੁੱਛ ਪਤ ਮਨ ਮਨ ਪਤਲਾ 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 ਮੈਡਮ ਜੀ ਦੋ ਨੰਬਰ ਜਾਈਏ ਦੋਨੇ ਨਹੀਂ ਜਾਣਾ ਹਾਂਜੀ ਮੈਡਮ ਜੀ ਇੱਕ ਜਣੇ ਜਾਓ ਨਹੀਂ ਅਸੀਂ ਦੋਨੇ ਜਾਣਾ ਉਹ ਦੀਪੂ ਤੇਰਾ ਪਾਪਾ ਧਾਪਾ ਆ ਗਿਆ ਓਏ ਕਿਹਦਾ ਤੇਰਾ ਧਾਪਾ ਆ ਗਿਆ ਮੈਂ ਤਾਂ ਦੂਰੋਂ ਦੇਖ ਲਾ ਦੂਰੋਂ ਦੇਖੀ ਮੈਨੂੰ ਅੱਛਾ ਇੱਕ ਕੰਧ ਟੱਪ ਦੇ ਫੜ ਲਿਆ ਦੱਸ ਆਉਂਦੇ ਘਰੋਂ ਇਹ ਪੜਨ ਆ ਹਾਂਜੀ ਹਾਂਜੀ ਦੌੜ ਜਾਂਦੀ ਆ ਕੁੜੀ ਆ ਵੇ ਅੱਜ ਮੋਟੂ ਨਾ ਬਹੁਤ ਹੋਈ ਅੱਜ ਤਾਂ ਜੁੱਤੀਆਂ ਪੈਣੀਆਂ ਪਾਪੇ ਤੋਂ ਨਾ ਚੁੱਪ ਕਰਦਾ ਨੜੀ ਚੋਚੋਈ ਜਾ ਪੱਟ ਦੂੰ